ਤਿੰਨ ਚਾਰ ਟ੍ਰੈਕਟਰ ਖੜ ਜਾਣ ਇੱਕ ਟਾਈਮ ਤੇ ਕਿਉਂਕਿ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਆਪਣੀ ਤਿਆਰੀ ਹੈ ਜਿਮ ਦੀ ਉਸ ਤੋਂ ਪਹਿਲਾਂ ਆਹ ਦੇਖ ਲਓ ਇੱਥੇ ਪ੍ਰਿੰਟ ਹੋਇਆ ਆਪਣਾ ਇੰਜਣ ਅਤੇ ਕੀ ਕੁਝ ਪ੍ਰਿੰਟ ਹੋਇਆ ਅਤੇ ਕੀ ਕੁਝ ਖਰਾਬ ਹੋਇਆ ਉਹ ਤਾਂ ਹਜੇ ਦੇਖਣਾ ਪੈਣਾ ਇਹਨੂੰ ਪੱਟਾਂਗੇ ਉਸ ਤੋਂ ਬਾਅਦ ਦੇਖਦੇ ਹਾਂ ਫਿਲਹਾਲ ਹੁਣ ਇੱਕ ਵਾਰੀ ਮੈਂ ਜਿਮ ਲਾ ਵਾਂ ਵੈਸੇ ਹੋ ਤਾਂ ਲੇਟ ਹੀ ਗਿਆ ਥੋੜ੍ਹੇ ਜਿਹੇ ਰਾਤ ਮੈਂ ਲੇਟ ਸੁੱਤਾ ਸੀ 6:30 ਹੋ ਗਏ ਨੇ ਹੰਸ ਨੂੰ ਫੋਨ ਕੀਤਾ ਸੀ ਮੈਂ ਕਿਹਾ ਵੀ ਅੱਜ ਅੱਧਾ ਘੰਟਾ ਲੇਟ ਚੱਲਾਂਗੇ ਵੈਸੇ ਵੀ ਕੱਲ੍ਹ ਵੀ 6:30 ਗਏ ਸੀਗੇ ਚਲੋ ਨਿਕਲਦੇ ਹਾਂ ਜਿਮ ਵਾਸਤੇ ਜਿਮ ਚ ਪੈਕਅਪ ਤੇ ਹੋ ਗਿਆ ਸਾਡਾ ਪਰ ਮੌਕੇ ਤੇ ਅਸੀਂ ਫੋਟੋ ਸ਼ੂਟ ਲੱਗੇ ਹੋਏ ਆ ਚੰਗੇ ਪੱਧਰ ਤੇ ਫੋਟੋ ਖਿੱਚੀਆਂ ਜਾ ਰਹੀਆਂ ਨੇ ਅਸੀਂ ਕੰਪੇਅਰ ਕਰਾਂਗੇ ਅੱਜ ਦੀ ਤੇ ਅੱਜ ਤੋਂ ਮਹੀਨੇ ਬਾਅਦ ਦੀ ਕਿੰਨਾ ਕੁ ਬੇੜਾ ਕਰ ਕੋ ਆਇਆ ਮੇਰੇ ਕੋਲ ਸਾਲ ਪਹਿਲਾਂ ਦੀ ਫੋਟੋ ਹੈ ਮੇਰੇ ਕੋਲ ਵੀ ਪਈ ਆ ਸੇਮ ਹੀ ਆ ਕੋਈ ਫਰਕ ਨਹੀਂ ਆ ਸਾਲ ਪੁਰਾਣੀਆਂ ਫੋਟੋਆਂ ਵੀ ਖਿੱਚੀਆਂ ਹੋਈਆਂ ਸਾਲ ਪਹਿਲਾਂ ਵਾਲੀ ਫੋਟੋ ਜ਼ਿਆਦਾ ਮਤਲਬ ਸੀਗਾ ਕਿੰਨਾ 10 ਵਜੇ 10 ਵਜੇ ਗਿਆ ਸਾਢੇ 10 ਠੀਕ ਹੈ ਲਓ ਵੀ ਮੁੰਡਿਓ ਜਿਮ ਤੋਂ ਆ ਗਏ ਆਪਾਂ ਘਰੇ ਅਤੇ ਆ ਇੱਥੇ ਟਾਈਮ ਦੇਖੋ ਤੁਸੀਂ ਦੇਖ ਲਓ ਆਹ ਦੇਖੋ ਤੁਸੀਂ ਟਾਈਮ ਧਿਆਨ ਨਾਲ ਇੰਨਾ ਟਾਈਮ ਹੋ ਗਿਆ ਅਤੇ ਆਉਣ ਤੋਂ ਬਾਅਦ ਆਪਣੇ ਸੈਟਅਪ 'ਚ ਇੱਧਰ ਤਾਂ ਕੋਈ ਕੰਮ ਨਹੀਂ ਹੋਇਆ ਮੋਡਲਾਂ 'ਤੇ ਵੀ ਇੰਜਣ ਵੀ ਪ੍ਰਿੰਟਰ 'ਤੇ ਹੀ ਪਿਆ ਸਵੇਰ ਦਾ ਠੀਕ ਆ ਕੰਮ ਮੈਂ ਕੀ ਕੀਤਾ ਇੱਕ ਤਾਂ ਵੀਡੀਓ ਐਡਿਟ ਕਰਨ ਵਾਲੀਆਂ ਪਈਆਂ ਸੀਗੀਆਂ ਕਾਫੀ ਉਹ ਐਡਿਟ ਕੀਤੀਆਂ ਆਹ ਦੇਖੋ ਠੀਕ ਆ ਉਸ ਤੋਂ ਇਲਾਵਾ ਵੀਡੀਓ ਮੈਂ ਅਪਲੋਡ ਵੀ ਕਰਨ ਦਿਆ ਸੀਗਾ ਨਾਲ ਦੀ ਨਾਲ ਅਤੇ ਸਵੇਰ ਵਾਲਾ ਵਲੌਗ ਜਿਹੜਾ ਸੀਗਾ ਉਹ ਵੀ ਐਡਿਟ ਕਰਨਾ ਸੀ ਰਾਤ ਐਡਿਟ ਕੀਤਾ ਨਹੀਂ ਸੀ ਮੈਂ ਉਹ ਵੀ ਕੀਤਾ ਇੱਕ ਵੀਡੀਓ ਦੂਜੇ ਚੈਨਲ 'ਤੇ ਅਪਲੋਡ ਕੀਤੀ ਹੈ ਉਸ ਤੋਂ ਇਲਾਵਾ ਇੱਥੇ ਦੇਖੋ ਕਿੰਨੀਆਂ ਵੀਡੀਓ ਮੈਂ ਮੌਕੇ 'ਤੇ ਰੈਂਡਰ ਕਰਕੇ ਰੱਖੀਆਂ ਹੋਈਆਂ ਨੇ ਜਿਹੜੀਆਂ ਕਿ ਇੱਕ ਇੱਕ ਕਰਕੇ ਮੈਂ ਅਪਲੋਡ ਕਰਨ ਦਿਆ ਵਾਂ ਅਤੇ ਇੱਧਰ ਬੈਟਰੀ ਦੇਖੋ ਤੁਸੀਂ 15% ਰਹਿ ਗਈ ਹੈ ਫੁੱਲ 100 ਸੀਗੀ ਸਵੇਰੇ ਵਲੌਗ ਵਾਲਾ ਸਾਰਾ ਕੰਮ ਡਨ ਹੈ ਥੰਬਨੇਲ ਵਗੈਰਾ ਅਤੇ ਸਾਰਾ ਕੁਛ ਓਕੇ ਕਰਤਾ ਸ਼ਡਿਊਲ 'ਤੇ ਲਾਤਾ 9:11 ਕੱਲ੍ਹ ਦੋਵੇਂ ਹੀ ਖੜ੍ਹਾ ਅੱਜ ਸ਼ਾਮ ਨੂੰ ਵੀਡੀਓ ਸ਼ੂਟ ਕਰਨ ਦਾ ਪਲਾਨ ਹੈ ਦੇਖੋ ਜੇ ਸ਼ੂਟ ਹੋ ਗਈ ਤਾਂ ਉਸ ਤੋਂ ਇਲਾਵਾ ਇੱਧਰ ਇੰਜਣ ਆਪਣਾ ਅਤੇ ਇਹਦੇ 'ਤੇ ਵੀ ਕਰਦੇ ਹਾਂ ਗੱਲ ਆਪਾਂ ਉਸ ਤੋਂ ਪਹਿਲਾਂ ਇੱਕ ਵੀਡੀਓ ਸ਼ੂਟ ਕਰਨੀ ਮੈਂ ਇੰਜਣ ਦੀ ਉਹ ਕਰਦਾ ਵਾਂ ਕੰਪਿਊਟਰ ਔਫ ਹੈ ਕੰਪਿਊਟਰ ਔਨ ਕਰ ਲੈਂਦੇ ਹਾਂ ਨਾਲੇ ਸੀਨ ਕੁਛ ਇੱਦਾਂ ਕਿ ਇੱਕ ਹੋ ਗਈ ਗੜਬੜ ਅਤੇ ਕੀ ਗੜਬੜ ਹੋਈ ਹੈ ਉਹ ਤੁਹਾਨੂੰ ਮੈਂ ਦੱਸ ਦੇਣਾ ਆਹ ਜਿਹੜਾ ਇੰਜਣ ਆਪਾਂ ਪ੍ਰਿੰਟ ਕੀਤਾ ਸੀ ਆਪਣੇ ਹਿੰਦੁਸਤਾਨ ਵਾਸਤੇ ਅਤੇ ਇੰਜਣ ਦੇ ਵਿੱਚ ਇੱਥੇ ਗੜਬੜ ਹੋ ਗਈ ਆਹ ਦੇਖੋ ਇੱਕ ਤਾਂ ਅੰਦਰਲੀ ਸਾਈਡੋਂ ਇਹਦੀ ਲੇਅਰ ਸਹੀ ਢੰਗ ਤਰ੍ਹਾਂ ਪ੍ਰਿੰਟ ਨਹੀਂ ਹੋਈ ਦੂਜਾ ਇੱਥੇ 2 ਫਿਲਟਰ ਸੀਗੇ ਉਹ ਵੀ ਪ੍ਰਿੰਟ ਨਹੀਂ ਹੋਏ ਅਤੇ ਹੋਰ ਵੀ ਨਿੱਕੀਆਂ ਨਿੱਕੀਆਂ ਕਾਫੀ ਕਮੀਆਂ ਨੇ ਅਤੇ ਇੱਕ ਸਾਹਮਣੇ ਵੱਡੀ ਕਮੀ ਜਿਹੜੀ ਹੈ ਇੰਜਣ ਦਾ ਸਾਈਜ਼ ਬਹੁਤ ਜ਼ਿਆਦਾ ਪਤਲਾ ਹੈ ਇੰਜਣ ਠੀਕ ਆ ਇੰਜਣ ਦੀ ਥੋੜ੍ਹੀ ਜਿਹੀ ਮੋਟਾਈ ਵਧਾਉਣੀ ਪਊਗੀ ਆਪਾਂ ਨੂੰ ਅਤੇ ਇਸ ਕਰਕੇ ਹੁਣ ਆਪਾਂ ਨਵਾਂ ਇੰਜਣ ਪ੍ਰਿੰਟ ਕਰਾਂਗੇ ਇੱਥੇ ਮੈਂ ਜੀ ਕੋਡ ਕਰ ਲਿਆ ਕੰਪਿਊਟਰ 'ਤੇ ਆਹ ਦੇਖੋ ਇੱਥੇ ਟਾਈਮ ਲੱਗੂ 7 ਘੰਟੇ ਕਿਉਂਕਿ ਮੈਂ ਕੁਆਲਿਟੀ ਥੋੜ੍ਹੀ ਜਿਹੀ ਡਾਊਨ ਕਰਤੀ ਹੈ ਉਸ ਤੋਂ ਇਲਾਵਾ ਇੱਕ ਵੀਡੀਓ ਵੀ ਜਿਹੜੀ ਆਪਾਂ ਸ਼ੁਰੂ ਕੀਤੀ ਸੀਗੀ ਇਹਦੀ ਟੈਸਟਿੰਗ ਦੀ ਉਹ ਵੀ ਹੁਣ ਐਂਡ ਕੀਤੀ ਹੈ ਉਹ ਵੀ ਐਡਿਟ ਕਰਾਂਗਾ ਮੈਂ ਬਾਕੀ ਇਹਦੇ ਬਾਰੇ ਅੱਗੇ ਆਉਣ ਵਾਲੇ ਟਾਈਮ 'ਚ ਨਾ ਵੀਡੀਓ 'ਚ ਤੁਹਾਨੂੰ ਪਤਾ ਲੱਗਦਾ ਰਹੂਗਾ ਠੀਕ ਹੈ ਦੂਜੇ ਚੈਨਲ 'ਤੇ ਮੈਂ ਵੀਡੀਓ ਅਪਲੋਡ ਕਰਦਾ ਕਰਾਂਗਾ ਅਤੇ ਬਾਹਰ ਦਾ ਸੀਨ ਕੁਛ ਇੱਦਾਂ ਹੈ ਕਿ ਪਲਾਨ ਤਾਂ ਸੀਗਾ ਆਪਣਾ 9:11 ਨਾਲ ਵੀਡੀਓ ਸ਼ੂਟ ਕਰਨ ਦਾ ਪਰ ਨਾ ਇਹਦੇ ਵਾਸਤੇ ਮੌਕੇ 'ਤੇ ਆਪਣੀ ਟਰਾਲੀ ਰੇਡੀ ਨਹੀਂ ਗੀ ਆਹ ਜਿਹੜੀ ਵੱਡੀ ਟਰਾਲੀ ਹੈ ਨਾ ਮੈਂ ਸੋਚਦਾ ਸੀ ਕਿ ਇਹਦੇ ਨਾਲ ਵੀਡੀਓ ਸ਼ੂਟ ਕਰਾਂਗੇ ਆਪਾਂ ਆਹ ਟਰਾਲੀ ਨਾਲ ਕਿਉਂਕਿ ਆਪਣੇ ਕਲੈਕਸ਼ਨ 'ਚ ਸਭ ਨਾਲ ਵੱਡੀ ਆਹੀ ਟਰਾਲੀ ਹੈ ਟਰਾਲੀ ਨਹੀਂ ਟਰਾਲਾ ਕਹਿ ਸਕਦੇ ਹੋ ਤੁਸੀਂ ਸਭ ਨਾਲ ਵੱਡਾ ਟਰਾਲਾ ਆਹ ਹੀ ਹੈ ਜਿਹਦੇ 'ਚ ਆਪਾਂ ਫੁੱਲ ਮਿੱਟੀ ਭਰ ਸਕਦੇ ਹਾਂ ਅਤੇ ਮੌਕੇ 'ਤੇ ਇਹਦੀ ਵੀ ਅਲਾਈਨਮੈਂਟ ਸਾਰੀ ਆਊਟ ਹੋਈ ਪਈ ਹੈ ਆਹ ਜਿਹੜਾ ਇਹਦਾ ਫਰਸ਼ ਹੈ ਇਹ ਵੀ ਬੈਂਡ ਹੋਇਆ ਪਿਆ ਸਾਰਾ ਇਹ ਮੇਰਾ ਪਲਾਨ ਹੈ ਕਿ ਅੱਜ ਇਹਨੂੰ ਰਿਪੇਅਰ ਕਰਦੇ ਹਾਂ ਕਿਉਂਕਿ ਮੌਕੇ 'ਤੇ ਪ੍ਰਿੰਟਰ 'ਤੇ ਚੱਲਣੇ ਨਹੀਂਗੇ ਪ੍ਰਿੰਟਰ ਰਾਤ ਨੂੰ ਚੱਲਣੇ ਆ ਅਤੇ ਅੱਜ ਆਪਾਂ ਟਰਾਲੀ ਤਿਆਰ ਕਰ ਲੈਂਦੇ ਹਾਂ ਅਤੇ ਫਿਰ ਕੱਲ੍ਹ ਸਵੇਰੇ ਸਵੇਰੇ ਟਾਈਮ ਨਾਲ ਇਹਦੇ ਨਾਲ ਵੀਡੀਓ ਸ਼ੂਟ ਕਰਾਂਗੇ ਠੀਕ ਹੈ ਜੇ ਪਲਾਨ ਬਣ ਗਿਆ ਤਾਂ ਪੱਕਾ ਕੁਛ ਨਹੀਂ ਕਹਿੰਦਾ ਮੈਂ ਉਸ ਤੋਂ ਇਲਾਵਾ ਬਾਹਰ ਮੌਕੇ 'ਤੇ ਧੁੱਪ ਹੈ ਹਜੇ ਅਤੇ ਵੈਸੇ ਆਪਾਂ ਸੈਟਅਪ 'ਤੇ ਕੰਮ ਕਰਨਾ ਹੈ ਬਾਹਰ ਅੱਜ ਟਾਈਮ ਮੌਕੇ 'ਤੇ 3:30 ਹੋਏ ਨੇ ਅਤੇ 5 ਵਜੇ ਤੱਕ ਨਾ ਬਾਹਰ ਜਦੋਂ ਮੌਸਮ ਠੰਡਾ ਹੋ ਜੂਗਾ ਅਤੇ ਬਾਹਰ ਵਾਲੇ ਸੈਟਅਪ 'ਚ ਵੀ ਆਪਾਂ ਕੰਮ ਸ਼ੁਰੂ ਕਰਦੇ ਹਾਂ ਟਰਾਲਾ ਖੋਲਿਆ ਪਿਆ ਜੇ ਆਪਣਾ ਅਤੇ ਬਹੁਤ ਹੀ ਔਖੀ ਇਹਦੀ ਡੈਂਟਿੰਗ ਪੇਂਟਿੰਗ ਕੀਤੀ ਮੈਂ ਆਹ ਬਹੁਤ ਜ਼ਿਆਦਾ ਬੈਂਡ ਹੋਇਆ ਪਿਆ ਸੀਗਾ ਇਹਦਾ ਜਿਹੜਾ ਬੈੱਡ ਨਾ ਅਤੇ ਬਹੁਤ ਔਖਾ ਸਿੱਧਾ ਕੀਤਾ ਥੱਲੇ ਆ ਕੇ ਸਪੋਰਟ ਵੀ ਲਾਈ ਇਸ ਵਾਰੀ ਮੈਂ ਅਤੇ ਮੇਨ ਰੀਜ਼ਨ ਇਹ ਸੀਗਾ ਕਿ ਇਹਨੂੰ ਨਾ ਮੈਂ ਧੁੱਪੇ ਛੱਡਤਾ ਸੀਗਾ ਮੇਰੀ ਗਲਤੀ ਆਪਦੀ ਕਿ ਬਾਹਰ ਮੈਂ ਛੱਡਤਾ ਸੀ ਟਰਾਲਾ ਕਾਫੀ ਟਾਈਮ ਲਈ ਅਤੇ ਉਹ ਗਰਮ ਇੰਨਾ ਹੋ ਗਿਆ ਕਿ ਬੈੱਡ ਐਵੇਂ ਬੈਂਡ ਹੋ ਗਿਆ ਠੀਕ ਆ ਪਰ ਅੱਗੇ ਤੋਂ ਆਪਾਂ ਇਸ ਚੀਜ਼ ਦਾ ਧਿਆਨ ਰੱਖਾਂਗੇ
ਆ ਵੇਖੋ ਤੁਸੀਂ ਡਾਲਾ ਮੈਂ ਕਾਫੀ ਸਿੱਧਾ ਕੀਤਾ ਪਰ ਫਿਰ ਵੀ ਥੋੜਾ ਬੈਂਡ ਹੈਗਾ ਇਹਦੇ ਚ ਬਾਕੀ ਇਹਨਾਂ ਕੋਲ ਚੱਲ ਜੂ ਕੋਈ ਚੱਕਰ ਨਹੀਂ ਗਾ ਤੇ ਮੌਕੇ ਤੇ ਫਿਰ ਮੈਂ ਸੋਚਿਆ ਕਿ ਹੁਣ ਖੋਲਿਆ ਤੈਨੂੰ ਹੈ ਹੀ ਹੈ ਤੇ ਇਹਦੇ ਵਿੱਚ ਲੱਗਦੇ ਹੱਥ ਆਪਾਂ ਚੇਂਜਸ ਵੀ ਕਰ ਲੈਂਦੇ ਹਾਂ ਕਿਉਂਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿਹੜੇ ਪਹਿਲਾਂ ਟਰਾਲੇ ਬਣਾਏ ਸੀ ਹੁਣ ਤੇ ਚਲੋ ਮੋਡੀਫਾਈ ਕਰਤੇ ਆ ਪਰ ਨਾ ਇਹਨਾਂ ਟਰਾਲਿਆਂ ਦਾ ਵੇਟ ਬੈਲੈਂਸ ਸਹੀ ਨਹੀਂ ਸੀਗਾ ਆ ਜਿਹੜੇ ਟਾਇਰ ਨੇ ਥੋੜ੍ਹੇ ਥੋੜ੍ਹੇ ਪਿੱਛੇ ਚਾਹੀਦੇ ਸੀ ਆਪਾਂ ਨੂੰ ਤੇ ਮੌਕੇ ਤੇ ਬਸ ਇਹਦੇ 'ਤੇ ਮੈਂ ਇੱਕ ਨਿੱਕੀ ਜਿਹੀ ਮੋਡੀਫਿਕੇਸ਼ਨ ਕਰਨ ਦਿਆਂ ਵਾਂ ਆਹ ਦੇਖੋ ਆਉਣਾ ਇੱਕ ਨਵੀਂ ਸ਼ੇਪ ਮੈਂ ਡਿਜ਼ਾਈਨ ਕੀਤੀ ਹੈ ਨਵੀਂ ਮਤਲਬ ਇਹਦੀ ਸ਼ੇਪ 'ਚ ਥੋੜ੍ਹਾ ਜਿਹਾ ਸੁਧਾਰ ਕੀਤਾ ਮੈਂ ਆਹ ਦੇਖੋ ਪਹਿਲਾਂ ਇੱਦਾਂ ਦੀ ਸ਼ੇਪ ਸੀਗੀ ਹੁਣ ਨਾ ਇਹ ਸ਼ੇਪ ਨੂੰ ਮੈਂ ਇੱਦਾਂ ਦਾ ਕਰਤਾ ਹੈ ਕਿ ਆਹ ਜਿਹੜਾ ਟਾਇਰ ਹੈ ਇਹ 10 ਕੁ mm ਪਿੱਛੇ ਤੁਰ ਜੂਗਾ ਠੀਕ ਹੈ ਬਿਲਕੁਲ ਇਹਦੇ ਨਾਲ ਲੱਗ ਜੂ ਇੰਨਾ 10 ਤਾਂ ਨਹੀਂ ਗਾ ਮੇਰੇ ਹਿਸਾਬ ਨਾਲ 8 ਕੁ mm ਪਿੱਛੇ ਤੁਰ ਜੂਗਾ ਇੰਨੇ ਨਾਲ ਹੀ ਬਹੁਤ ਫਰਕ ਪੈ ਜਾਂਦਾ ਅਤੇ ਇਹਨੂੰ ਕੱਢ ਕੇ ਆਹ ਪਾਰਟ ਨੂੰ ਕੱਢ ਕੇ ਆਹ ਇੱਥੇ ਨਵਾਂ ਪਾਰਟ ਪ੍ਰਿੰਟ ਹੋਣ ਦਿਆ ਆਹ ਦੇਖੋ ਬਸ ਪ੍ਰਿੰਟ ਹੋਣ ਹੀ ਵਾਲਾ 97% 98% ਹੋ ਗਿਆ ਇਹ ਪ੍ਰਿੰਟ ਹੋ ਜਾਂਦਾ ਇਹਨੂੰ ਇੱਥੇ ਫਿੱਟ ਕਰਕੇ ਅਤੇ ਆਹ ਜਿਹੜੇ ਟਾਇਰ ਨੇ ਇਹਨਾਂ ਨੂੰ ਵੀ ਇੱਥੋਂ ਨਟ ਖੋਲ੍ਹ ਕੇ ਮੈਂ ਉਹਨੇ ਪਿੱਛੇ ਕਰ ਦਾਂਗਾ ਠੀਕ ਹੈ ਲੋ ਮੁੰਡਿਓ ਜੁਗਾੜ ਜਿਹਾ ਫਿਕਸ ਕਰਤਾ ਅਤੇ ਟਾਇਰ ਵੀ ਕਾਫੀ ਪਿੱਛੇ ਹੋ ਗਿਆ ਹੁਣ ਟਰਾਲੀ ਦੇ ਇਹਦੇ ਤੁਹਾਨੂੰ ਵਿਖਾਉਣਾ ਆ ਦੇਖੋ ਪੁਰਾਣੇ ਸਕਰਿਊ ਇੱਥੇ ਕੱਸਿਆ ਸੀ ਪਹਿਲਾਂ ਅਤੇ ਹੁਣ ਕਿੰਨਾ ਪਿੱਛੇ ਹੋ ਗਿਆ 10 ਤੋਂ 12 mm ਟਾਇਰ ਪਿੱਛੇ ਕਰਤੇ ਨੇ ਮੈਂ ਅਤੇ ਮੌਕੇ 'ਤੇ ਹੋਕਿਆਂ ਦੀ ਛੋਟੀ ਕਰਨ ਦਿਆਂ ਵਾ ਜਿਹੜਾ ਐਕਸਟਰਾ ਪਾਰਟ ਲਾਇਆ ਸੀ ਉਹ ਕੱਟਤਾ ਹੈ ਅਤੇ ਮੇਰਾ ਪਲੈਨ ਹੈ ਕਿ 10 ਕੁ mm ਹੋਰ ਕੱਟਾਂਗੇ ਆਪਾਂ ਇਹਨੂੰ ਅਤੇ ਸੋਲਡਰਿੰਗ ਆਇਰਨ ਨਾਲ ਕੱਟ ਦਾਂਗਾ ਮੈਂ ਤਾਂ ਕਿ ਅੱਗੇ ਡਿਜ਼ਾਇਨ ਜਿਹਾ ਬਣ ਜਾਵੇ ਸਾਰਾ ਠੀਕ ਹੈ ਅਤੇ ਸੋਲਡਰਿੰਗ ਇੱਥੇ ਗਰਮ ਕਰਨੀ ਲਾਈ ਹੋਈ ਹੈ ਅਤੇ ਉਸ ਦੇ ਨਾਲ ਮੌਕੇ 'ਤੇ ਪੱਖਾ ਚੱਲਣ ਦਿਆ ਕਿਉਂਕਿ ਏ ਸੀ ਚੱਲਣ ਜੋਗੀ ਵੋਲਟੇਜ ਹੈ ਨਹੀਂ ਗੀ ਅਜੇ ਬੜੇ ਟਾਈਮ ਬਾਅਦ ਬਾਹਰ ਨਿਕਲਿਆ ਬਾਹਰਲੇ ਸੈਟਅਪ 'ਚ ਵੈਸੇ ਤਾਂ ਵੀਡੀਓ ਸ਼ੂਟ ਕਰਨ ਦਾ ਪਲੈਨ ਸੀ ਪਰ ਟਰਾਲੀ ਬੰਦ ਹੀ ਹੈ ਉਸੇ ਟਰਾਲੀ ਨਾਲ ਹੀ ਆਪਾਂ ਸ਼ੂਟ ਕਰਨਾ ਇਸ ਕਰਕੇ ਫਿਰ ਕੱਲ੍ਹ ਕਰਾਂਗੇ ਸ਼ੂਟ ਆਪਾਂ ਠੀਕ ਆ ਮੌਕੇ 'ਤੇ ਹੁਣ ਪਲੈਨ ਇੱਦਾਂ ਕਿ ਇਸ ਜਗ੍ਹਾ 'ਤੇ ਨਾ ਥੋੜ੍ਹਾ ਜਿਹਾ ਸੈਟਅਪ ਬਣਾਉਣਾ ਮੋਟਰ ਬਣਾਉਣੀ ਹੈ ਸ਼ੈੱਡ ਵਗੈਰਾ ਦੇਖਦਾ ਵਾਂ ਸ਼ੈੱਡ ਤਾਂ ਤਾਂ 50-50 ਹੈ ਬਾਕੀ ਮੋਟਰ ਵਾਲਾ ਕਮਰਾ ਡਿੱਗੀ ਹੋਰ ਨਿੱਕੀਆਂ ਨਿੱਕੀਆਂ ਚੀਜ਼ਾਂ ਇੱਥੇ ਬਣਾਉਣੀਆਂ ਇਸ ਜਗ੍ਹਾ ਦੇ ਉੱਤੇ ਇਹ ਮੈਂ ਤਾਂ ਹੀ ਪੱਕਾ ਕੀਤਾ ਸੀ ਥਾਂ ਅਤੇ ਉਹਦੇ ਥੱਲੇ ਸਾਰਾ ਸਮਾਨ ਪਿਆ ਹੋਇਆ ਆਪਣੀ ਹਵੇਲੀ ਦਾ ਅਤੇ ਇੱਥੇ ਬਣਾਉਂਦੇ ਹਾਂ ਆਪਾਂ ਮੋਟਰ ਅਤੇ ਹੋਰ ਵੀ ਜੋ ਕੁਛ ਵੀ ਬਣਾ ਸਕਿਆ ਮੈਂ ਇੱਥੇ ਬਣਾਵਾਂਗਾ ਬਾਉਂਡਰੀ ਵਗੈਰਾ ਅਤੇ ਉਹਦੇ ਰਸਤੇ 'ਤੇ ਦੇਖ ਲਵਾਂਗੇ ਆਹ ਯੂਜ਼ ਕਰ ਲਵਾਂਗੇ ਆਪਾਂ ਹੋਰ ਵੀ ਜਿੰਨਾ ਵੀ ਆਪਣੇ ਕੋਲ ਸਮਾਨ ਪਿਆ ਸਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਯੂਜ਼ ਕਰਦੇ ਹਾਂ ਇੱਥੇ ਠੀਕ ਆ ਉਹ ਸਾਰਾ ਕਵਰ ਕਰ ਲਵਾਂਗੇ ਜੇ ਹੁੰਦਾ ਹੋਇਆ ਤਾਂ ਬਾਕੀ ਚਲੋ ਦੇਖਦੇ ਹਾਂ ਕੀ ਬਣਦਾ ਲਓ ਜੀ ਮੁੰਡਿਓ ਟਰਾਲਾ ਆਪਣਾ ਹੋ ਚੁੱਕਿਆ ਰੈਡੀ ਅਤੇ ਅੱਜ ਇਹਨੂੰ ਪੇਂਟ ਵੀ ਕਰਨਾ ਆਪਾਂ ਠੀਕ ਆ ਪੇਂਟ ਦਾ ਵੀ ਕੋਈ ਸੋਚਿਆ ਹੋਇਆ ਦੇਖਦੇ ਹਾਂ ਕਾਮਯਾਬ ਹੁੰਦਾ ਕਿ ਨਹੀਂ ਪੇਂਟ ਦੇਖਣਾ ਪੈਣਾ ਵੀ ਜਿਹੜਾ ਜਿਹੜਾ ਮੈਂ ਕਰਨ ਦਾ ਸੋਚਿਆ ਉਹ ਹੈਗਾ ਕਿ ਨਹੀਂ ਗਾ ਠੀਕ ਹੈ ਉਸ ਤੋਂ ਪਹਿਲਾਂ ਆਪਾਂ ਚੱਲੀਏ ਬਾਹਰ ਆਪਾਂ ਨੂੰ ਚਾਹੀਦੇ ਕੁਛ ਹਥਿਆਰ ਕਟਰ ਹੋ ਗਿਆ ਸਕੈਚ ਕਹਿੰਦੇ ਹਾਂ ਆਹ ਹੋ ਗਿਆ ਸਕੇਲ ਹੋ ਗਿਆ ਇਸ ਦੇ ਨਾਲ ਹੈਵੀ ਕੁਇਕ ਦੀ ਡੱਬੀ ਹੋ ਗਈ ਅਤੇ ਮੌਕੇ 'ਤੇ ਤਾਂ ਇਹ ਸਮਾਨ ਹੈ ਬਾਕੀ ਹਜੇ ਦੇਖਦੇ ਹਾਂ ਬਾਹਰ ਚੱਲ ਕੇ ਹਿਸਾਬ ਕਿਤਾਬ ਜਿਹਾ ਲਾਉਂਦੇ ਹਾਂ ਕਿਵੇਂ ਬਣਾਉਣਾ ਹੈ ਕੀ ਪਲੈਨ ਹੈ ਹਜੇ ਕੁਛ ਨਹੀਂ ਸੋਚਿਆ ਮੌਕੇ 'ਤੇ ਤਾਂ ਬਸ ਦਿਮਾਗ 'ਚ ਰਫ ਜਿਹਾ ਡਿਜ਼ਾਈਨ ਹੈ ਕਿ ਆਹ ਪੋਰਸ਼ਨ 'ਤੇ ਨਾ ਇਸ ਜਗ੍ਹਾ ਦੇ ਉੱਤੇ ਮੋਟਰ ਸ਼ੈੱਡ ਵੀ ਉਹ ਸਾਰਾ ਕੁਛ ਬਣਾਉਣਾ ਹੈ ਠੀਕ ਆ ਵੀ ਸ਼ੈੱਡ ਪਾਵਾਂਗੇ ਵੀ 2-3 ਟਰੈਕਟਰ ਖੜ੍ਹ ਸਕਣ ਵੱਡਾ ਨਹੀਂ ਪਾਉਂਦੇ ਬਾਹਲਾ ਵੱਡਾ ਸ਼ੈੱਡ ਨਹੀਂ ਪਾਉਣਾ ਜਿਵੇਂ ਉੱਥੇ ਪਾਇਆ ਸੀਗਾ ਉਹ ਤਾਂ ਬਾਹਲਾ ਤਗੜਾ ਸੀ ਅਤੇ ਆਪਣੇ ਟਰੈਕਟਰਾਂ ਦੇ ਸਾਈਜ਼ ਦੇ ਹਿਸਾਬ ਨਾਲ ਸ਼ੈੱਡ ਪਾਵਾਂਗੇ ਠੀਕ ਹੈ ਇੱਕ ਮੋਟਰ ਬਣ ਜੂਗੀ ਸਾਈਡ 'ਤੇ ਇੰਪਲੀਮੈਂਟ ਖੜ੍ਹ ਜਾਣਗੇ ਇੱਧਰਲੀ ਸਾਈਡ ਕਮਰੇ ਵਗੈਰਾ ਅਤੇ ਮੋਟਰ ਵਗੈਰਾ ਨਹੀਂ ਬਣਾਉਂਦੇ ਠੀਕ ਆ ਖੁੱਲ੍ਹਾ ਰਹੂਗਾ ਏਰੀਆ ਜਿਵੇਂ ਆਹ ਕਿੱਲਾ ਹੋ ਗਿਆ ਉਹਨਾਂ ਦੇ ਟਾਈਮ 'ਚ ਇੱਥੇ ਵੀ ਮਿੱਟੀ ਹੋਰ ਪਾ ਕੇ ਤਵੀਆਂ ਮੁਕਾਬਲਾ ਕਰਾਂਗੇ ਜਿਵੇਂ ਪਹਿਲਾਂ ਬਣਾਇਆ ਸੀਗਾ ਜਗ੍ਹਾ ਠੀਕ ਆ ਕੋਈ ਕਮੈਂਟ ਵੀ ਕੀਤੇ ਕਈ ਵੀਰਾਂ ਨੇ ਅਤੇ ਆਹ ਜਿਹੜੀ ਜਗ੍ਹਾ ਇੱਥੇ ਬਸ ਟੋਚਣ ਮੁਕਾਬਲਾ ਅਤੇ ਵੀ ਆਪਣੇ ਟਰੈਕਟਰਾਂ ਤੋਂ ਰਿਲੇਟਡ ਜਿੰਨੀ ਵੀ ਐਕਟੀਵਿਟੀ ਸਾਰੀ ਇੱਧਰ ਹੋ ਜੂਗੀ ਇੱਥੇ ਪ੍ਰੋਪਰ ਕਮਰੇ ਵਗੈਰਾ ਸਾਰਾ ਕੁਛ ਬਣ ਜੂ ਰੀਲਾਂ ਰੂਲਾਂ ਬਣਾਉਣ ਵਾਸਤੇ ਠੀਕ ਆ ਹਜੇ ਸ਼ੁਰੂ ਕਰਦੇ ਹਾਂ ਅੱਗੇ ਦੇਖੋ ਜਿਵੇਂ ਜਿਵੇਂ ਆਈਡੀਆ ਉਹ ਦਿਮਾਗ 'ਚ ਬਾਕੀ ਤੁਹਾਡੇ ਦਿਮਾਗ 'ਚ ਕੋਈ ਹੋਵੇ ਪਲੈਨ ਤਾਂ ਕਮੈਂਟ ਕਰਿਓ ਠੀਕ ਆ ਇੱਕ ਵਾਰੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਮਾਨ ਦੇਖੋ ਆਪਣੇ ਕੋਲ ਸਮਾਨ ਹੈ ਕਿਹੜਾ ਕਿਹੜਾ ਕਿਉਂਕਿ ਜਿਹੜਾ ਕਮਰਾ ਬਣਾਉਣਾ ਉਹ ਤਾਂ ਸਨਬੋਰਡ ਨਾਲ ਵੀ ਬਣ ਜੂ ਪਰ ਜਿਹੜਾ ਸ਼ੈੱਡ ਪੈਣਾ ਨਾ ਉਹਦੇ ਲਈ ਆਪਾਂ ਨੂੰ ਪਲੇਟਾਂ ਚਾਹੀਦੀਆਂ ਨੇ ਇਹਦੇ ਨਾਲ ਦੀਆਂ ਪਈਆਂ ਨਾ ਪਲੇਟਾਂ ਇਕੱਠੀਆਂ ਕਰਦਾ ਮੈਂ ਕਿੰਨੀਆਂ ਪਲੇਟਾਂ ਨੇ ਹਿਸਾਬ ਕਿਤਾਬ ਜਿਹਾ ਲਾ ਕੇ ਅਤੇ ਫਿਰ ਉੱਧਰ ਸ਼ੈੱਡ ਵਾਲਾ ਕੰਮ ਸ਼ੁਰੂ ਕਰਦੇ ਹਾਂ ਮੈਂ ਤਿਆਰੀ ਕਰਦਾ ਸਮਾਨ ਜਿਹੜਾ ਜਿਹੜਾ ਵੀ ਚਾਹੀਦਾ ਸਾਰਾ ਇੱਥੇ ਸ਼ਿਫਟ ਕਰਦੇ ਹਾਂ ਫਿਰ ਅੱਗੇ ਪਲੈਨ ਕਰਦੇ ਹਾਂ ਨਾਲ ਇੱਕ ਟਰੈਕਟਰ ਲੈ ਕੇ ਆਉਂਦੇ ਹਾਂ ਅੰਦਰੋਂ ਆਪਾਂ ਅਤੇ ਦੇਖਦੇ ਹਾਂ ਵੀ ਸ਼ੈੱਡ ਦੀ ਉਚਾਈ ਕਿੰਨੀ ਰੱਖਣੀ ਹੈ ਕਿਉਂਕਿ ਸਭ ਨੂੰ ਉੱਚੇ ਆਪਣੇ ਕੋਲ ਟਰੈਕਟਰ ਹੀ ਨੇ V8 ਰਸ਼ੀਅਨ ਟੈਂਕ ਇਹ ਤਾਂ ਵੱਡੀ ਕੈਟਾਗਰੀ ਦੇ ਟਰੈਕਟਰ ਨੇ ਇਹ ਤਾਂ ਸ਼ੈੱਡ ਥੱਲੇ ਆਉਣੇ ਨਹੀਂ ਆਪਾਂ ਸ਼ੈੱਡ ਬਣਾਉਣਾ ਆਪਣੇ ਇਹਨਾਂ ਟਰੈਕਟਰਾਂ ਦੇ ਹਿਸਾਬ ਨਾਲ ਅਰਜਨ ਹੋ ਗਿਆ ਨਿਊ ਹੋਲੈਂਡ ਦੀ ਵੀ ਛਤਰੀ ਉੱਚੀ ਆ ਚਲੋ ਹਾਈਐਸਟ ਆਪਾਂ ਨਿਊ ਹੋਲੈਂਡ ਰੱਖਦੇ ਹਾਂ ਵੈਸੇ ਤਾਂ ਆਪਣਾ ਸਵਰਾਜ ਜਿਹੜਾ ਆ ਰਿਹਾ
ਇਹਦੀ ਛਤਰੀ ਵੀ ਕਾਫੀ ਉੱਚੀ ਹੈ। ਫਿਰ ਇਹਨੂੰ ਦੇਖਾਂਗੇ ਸ਼ੈੱਡ 'ਚ ਨਹੀਂ ਖਿਲਾਰਦੇ ਕਿਉਂਕਿ ਫਿਰ ਬਾਹਲਾ ਉੱਚਾ ਹੋ ਜੂ ਸ਼ੈੱਡ। ਸ਼ੈੱਡ ਆਪਾਂ ਉੱਡਾ ਕੁ ਰੱਖੀਏ ਕਿ ਪ੍ਰੋਪਰ ਬਸ ਟਰੇਟਰ ਫਿੱਟ ਫਿੱਟ ਆ ਜਾਣ ਉਹਦੇ ਵਿੱਚ, ਠੀਕ ਆ। ਅਤੇ ਸ਼ੈੱਡ ਦੀ ਉਚਾਈ ਮੈਂ ਫੁੱਟਾਂ ਬਾਹਰ ਲੈ ਗਿਆ ਵਾਂ, ਮੇਰੇ ਵੀ ਕੰਮ ਤਗੜੇ ਹੀ ਨੇ। ਇੱਕ ਟਰੈਕਟਰ ਲੈ ਚੱਲਦੇ ਫਿਰ ਆਪਾਂ, ਚਲੋ ਇੱਦਾਂ ਕਰਦੇ ਹਾਂ ਇਹਨੂੰ ਹੀ ਲੈ ਕੇ ਚੱਲਦੇ ਹਾਂ ਸਵਰਾਜ ਨੂੰ ਹੀ, ਠੀਕ ਆ। ਦੇਖਦੇ ਹਾਂ ਇਹਦੇ ਹਿਸਾਬ ਨਾਲ, ਜੇ ਸ਼ੈੱਡ ਸਹੀ ਲੱਗਣਾ ਤਾਂ ਇਹਦੇ ਜਿੰਨਾ ਹੀ ਉੱਚਾ ਕਰ ਦਾਂਗੇ ਆਪਾਂ। ਜਦ ਘੱਟ ਵੱਡ ਨਾ ਕਰਨੀ ਪਵੇ ਫਿਰ ਤਾਂ ਈਜ਼ੀ ਹੋ ਜੂਗਾ, ਜ਼ਿਆਦਾ ਵੱਡਾ ਵੀ ਨਹੀਂ ਬਣਾਉਣਾ ਆਪਾਂ, ਵੀ ਤਿੰਨ ਚਾਰ ਟਰੈਕਟਰ ਖੜ੍ਹ ਜਾਣ ਇੱਕ ਟਾਈਮ 'ਤੇ, ਕਿਉਂਕਿ ਵੀਡੀਓ 'ਚ ਆਪਾਂ ਕਈ ਵਾਰੀ ਟਰੈਕਟਰ ਬਾਹਰ ਕੱਢ ਲੈਂਦੇ ਹਾਂ। ਬਸ ਇਹਦੇ ਵਾਸਤੇ ਜੇ ਮੈਂ ਇਹਨੂੰ ਇੱਦਾਂ ਖੜ੍ਹਾ ਕਰਦਾ ਵਾਂ, ਸ਼ੈੱਡ ਬਾਹਲਾ ਉੱਚਾ ਤੁਰ ਜਾਂਦਾ। ਜੇ ਇੱਦਾਂ ਰੱਖਦੇ ਹਾਂ ਇੱਦਾਂ, ਫਿਰ ਡਬਲ ਰੱਖਣਾ ਪੈਣਾ। ਵੇਖੀ ਲੰਬਾਈ ਲੰਬਾਈ ਕਿੰਨੀ ਹੈ ਜੀ, ਉੱਥੇ ਗੱਲ ਆ ਜਾਂਦੀ ਫਿਰ ਤਾਂ। ਇਸ ਰੋਕ ਦਾ ਰੱਖ ਦਿਉ ਭਾਵੇਂ ਲੰਮਾ ਲਾ ਦਿਉ, ਫਿਰ ਉੱਥੇ ਆ ਗਈ ਗੱਲ। ਨਹੀਂ ਉਚਾਈ ਵਾਸਤੇ ਇਹਨੂੰ ਯੂਜ਼ ਨਹੀਂ ਕਰਦੇ, ਕੁਛ ਹੋਰ ਸੋਚਦੇ ਹਾਂ, ਕੁਛ ਹੋਰ ਪਲੈਨ ਕਰਦੇ ਹਾਂ ਆਪਾਂ। ਆਪਣੇ ਕੋਲ ਪਲੇਟਾਂ ਪਈਆਂ ਨੇ, ਆ ਦੇਖੋ ਇਹਨਾਂ ਨਾਲ ਤਾਂ ਆਪਾਂ ਉਹ ਕਰ ਦਾਂਗੇ। ਚਲੋ ਇਹਨਾਂ ਪਲੇਟਾਂ ਨਾਲ ਤਾਂ ਆਪਾਂ ਉੱਥੇ ਛੱਤ ਪਾ ਦਾਂਗੇ, ਠੀਕ ਹੈ। ਛੱਤ ਵਾਸਤੇ ਆਪਣੇ ਕੋਲ ਹੈਗੀਆਂ ਪਲੇਟਾਂ, ਅਤੇ ਹੁਣ ਸੋਚਦੇ ਹਾਂ ਕਿ ਜਿਹੜੀ ਬਾਉਂਡਰੀ ਬਣਾਉਣੀ ਉਹ ਕਾਹਦੀ ਬਣਾਈਏ। ਲਓ ਵੀ ਮੁੰਡਿਓ, ਆਹ ਦੇਖੋ ਤੁਸੀਂ ਕਰੋ ਚੈੱਕ, ਨੀਂਹ ਪੱਥਰ ਰੱਖਦਾ ਆਪਣੇ ਨਵੇਂ ਸੈਟਅਪ ਦਾ। ਪਹਿਲੀ ਸ਼ੁਰੂਆਤ ਇੱਦਾਂ ਦਾ ਸ਼ੈੱਡ ਪਾਇਆ, ਅਤੇ ਅੱਗੇ ਦੇ ਅੱਗੇ ਆਈਡੀਆ ਜਿਵੇਂ ਜੁੜਨ ਦੈਣ ਹੈ। ਮੌਕੇ 'ਤੇ ਪਲੈਨ ਸੀ ਇੱਕ ਸ਼ੈੱਡ ਪਾਉਣ ਦਾ ਸਿੰਗਲ, ਅਤੇ ਉਸ ਤੋਂ ਬਾਅਦ ਫਿਰ ਪਲੈਨ ਬਣ ਗਿਆ ਕਿ ਐੱਲ ਸ਼ੇਪ 'ਚ ਪਾਉਂਦੇ ਹਾਂ ਸ਼ੈੱਡ। ਹੁਣ ਇੱਕ ਸ਼ੈੱਡ ਇੱਥੇ ਐਂ ਪੈ ਗਿਆ, ਸੇਮ ਇਹਦੇ ਨਾਲ ਹੀ ਇੰਨੀ ਲੰਬਾਈ ਦਾ ਇੱਕ ਸ਼ੈੱਡ ਇੱਧਰ ਪਾਵਾਂਗੇ ਇਸ ਰੁੱਕ ਦਾ, ਠੀਕ ਹੈ। ਤਾਂ ਕਿ ਆਹ ਦੋ ਪੋਰਸ਼ਨ ਕਵਰ ਹੋ ਜਾਣ, ਅਤੇ ਉਸ ਤੋਂ ਬਾਅਦ ਮੇਰਾ ਪਲੈਨ ਹੈ ਕਿ ਜਸਟ ਇਹਦੇ ਨਾਲ ਹੀ ਨਾ ਇੱਥੇ ਇੱਕ ਕੋਠੀ ਪਾਉਣ ਦਾ, ਠੀਕ ਆ। ਪ੍ਰੋਪਰ ਜਿਵੇਂ ਇੱਕ ਘਰ ਹੁੰਦਾ ਉੱਦਾਂ, ਕਿਉਂਕਿ ਨਾ ਜੇ ਇਕੱਲਾ ਸ਼ੈੱਡ ਇੱਥੇ ਬਣਾਉਂਦੇ ਹਾਂ ਤਾਂ ਫਿਰ ਚੀਜ਼ ਵਧੀਆ ਨਹੀਂ ਲੱਗਣੀ। ਜੇ ਇੱਥੇ ਇੱਕ ਕੋਠੀ ਬਣ ਜੂਗੀ, ਕੋਠੀ ਬਾਹਲੀ ਤਗੜੀ ਨਹੀਂ, ਜਿਵੇਂ ਆਪਾਂ ਹਵੇਲੀ ਬਣਾਈ ਸੀ ਅੱਧਾ ਥਾਂ ਘੇਰ ਲਈਏ, ਐਡੀ ਤਗੜੀ ਨਹੀਂ ਬਣਾਉਣੀ ਆਪਾਂ। ਨੋਰਮਲੀ ਟਰੈਕਟਰ ਕੋਲ ਖੜ੍ਹੇ ਵਧੀਆ ਲੱਗਣ, ਠੀਕ ਆ। ਦੋ ਮੰਜ਼ਲੀ ਕੋਠੀ ਉਹ ਸ਼ਾਇਦ ਹਜੇ ਨਾ ਬਣੇ, ਪਰ ਇੱਥੇ ਜਗ੍ਹਾ ਛੱਡਾਂਗੇ ਉਹਦੀ, ਠੀਕ ਆ। ਉਸ ਦੇ ਨਾਲ ਇੱਥੇ ਇੰਨਾ ਇੰਨਾ ਏਰੀਆ ਕਵਰ ਕਰਕੇ ਆਪਣਾ ਕਿੱਲਾ ਇੱਥੇ ਰਹੂਗਾ। ਉਸ ਤੋਂ ਬਾਅਦ ਫਿਰ ਦੇਖਦੇ ਹਾਂ ਇੱਥੇ ਮੋਟਰ ਬਣਾਉਣੀ ਹੈ ਜਾਂ ਇੱਧਰ ਮੋਟਰ ਬਣਾਉਣੀ ਹੈ, ਵੀ ਜਿਵੇਂ ਵੀ ਸਿਸਟਮ ਜਾਂ ਸੂਤ ਆਊਗਾ ਨਾ ਉਵੇਂ ਉਵੇਂ ਆਪਾਂ ਹੁਣ ਕੰਮ ਅੱਗੇ ਕਰ ਦਾਂਗੇ, ਠੀਕ ਹੈ। ਮੁੱਕਦੀ ਗੱਲ ਇੱਥੇ ਸ਼ੁਰੂਆਤ ਕਰਨੀ ਸੀ ਉਹ ਆਪਾਂ ਕਰਤੀ ਹੈ। ਕਟਿੰਗ ਕੁਟਿੰਗ ਕਰਨ ਵਾਲਾ ਕੰਮ ਵਾਹਵਾ ਹੈ ਵੈਸੇ ਤਾਂ, ਠੀਕ ਹੈ। ਕਟਰ ਦੇ ਨਾਲ ਪਲੇਟਾਂ ਕੱਟ ਕੱਟ ਕੇ ਬੁਰਜੀਆਂ, ਅਤੇ ਹੁਣ ਮੇਰਾ ਇਹ ਪਲੈਨ ਹੈ ਕਿ ਸਨਬੋਰਡ ਜਿੰਨਾ ਘੱਟ ਹੋ ਸਕੇ ਯੂਜ਼ ਕਰਾਂਗੇ ਆਪਾਂ, ਕਿ ਮੀਂਹ ਹਨੇਰੀ ਚੱਖੜ 'ਚ ਕੋਈ ਦਿੱਕਤ ਨਾ ਆਵੇ ਇਹਨੂੰ। ਅਤੇ ਫਿਲਹਾਲ ਇੱਕ ਵਾਰੀ ਕੰਮ ਹੁਣ ਮੈਂ ਇੱਥੇ ਰੋਕਦਾ ਮੈਂ ਇਹਦਾ ਸ਼ੈੱਡ ਦਾ, ਤਾਂ ਕਿਉਂਕਿ ਹਨੇਰਾ ਕਾਫੀ ਹੋ ਗਿਆ। ਅਤੇ ਬਸ ਹੁਣ ਅੰਦਰ ਚੱਲਦੇ ਹਾਂ, ਅੰਦਰਲੇ ਕੰਮ ਨਿਬੇੜਦੇ ਹਾਂ ਆਪਾਂ। ਟਰਾਲੀ ਨੂੰ ਪੇਂਟ ਵੀ ਕਰਨਾ ਹਜੇ, ਹਰ ਸਵੇਰੇ ਵੀਡੀਓ ਸ਼ੂਟ ਵੀ ਕਰਨੀ ਹੈ ਇੱਥੇ। ਅਤੇ ਬਾਕੀ ਮੈਂ ਗੋਪੀ ਨੂੰ ਵੀ ਕਾਲ ਕੀਤੀ ਸੀਗੀ, ਉਹ ਕਹਿੰਦਾ ਵੀ ਮੈਂ ਮੌਕੇ 'ਤੇ ਤਾਂ ਕੰਮ 'ਤੇ ਹਾਂ ਫਰੀ ਹੋ ਕੇ, ਉਦੋਂ ਫਿਰ ਵੀਡੀਓ ਕਾਲ ਲਾ ਲਈ ਮੈਨੂੰ, ਉਦੋਂ ਫਿਰ ਉਹ ਵੀ ਕੁਛ ਪਲੈਨ ਦੱਸ ਦੂਗਾ ਜੇ ਕੁਛ ਹੋਇਆ ਉਹਦੇ ਦਿਮਾਗ 'ਚ ਆਈਡੀਆ, ਠੀਕ ਆ ਮੁੰਡਿਓ। ਆਉਣਾ ਸ਼ੈੱਡ ਇੱਥੋਂ ਵਾਲਾ ਮੈਨੂੰ ਥੋੜ੍ਹਾ ਛੋਟਾ ਲੱਗਣ ਦਿਆ, ਇਸ ਕਰਕੇ ਹੋ ਸਕਦਾ ਮੈਂ ਇਹਦੇ ਵਿੱਚ ਨਿੱਕਾ ਟੁਕੜਾ ਹੋਰ ਐਡ ਕਰਦਾ, ਵੀ ਕੋਠੀ ਥੋੜ੍ਹੀ ਯੂਰਾਂ ਕਰ ਲਾਂਗੇ। ਬਾਕੀ ਚਲੋ ਦੇਖਦੇ ਹਾਂ, ਕੋਠੀ ਦਾ ਡਿਜ਼ਾਇਨ ਹਜੇ ਵੇਖਣਾ ਮੈਂ, ਮੈਨੂੰ ਇਹ ਬਿਲਕੁਲ ਸਿੰਪਲ ਜਿਹਾ ਹੀ ਬਣਾਵਾਂ। ਬਾਕੀ ਚਲੋ ਅੱਗੇ ਤੁਹਾਨੂੰ ਪਤਾ ਲੱਗ ਜੂ ਹੁਣ ਆਉਣ ਵਾਲੇ ਵਲੋਗਾਂ ਦੇ ਵਿੱਚ ਨਾ, ਮੈਂ ਸਿਰਾ ਲਾ ਦਾਂਗੇ ਆਪਾਂ ਇੱਥੇ ਪੂਰੀ ਗ੍ਰੀਨਰੀ ਗਰੂਨਰੀਆਂ ਸਾਰਾ ਵੀ ਰੀਲਾ ਰੂਲਾ ਬਣਾਉਣ ਵਾਸਤੇ, ਕਿਆ ਬਾਤਾਂ ਹੋ ਜਾਏ ਕੰਮ, ਠੀਕ ਆ ਮੁੰਡੇ। ਲਓ ਵੀ ਮੁੰਡੇ, ਟਰਾਲੀ ਨੂੰ ਪੇਂਟ ਕਰਨ ਦਾ ਮੈਂ ਕੁਛ ਇੱਦਾਂ ਦਾ ਸੋਚਿਆ ਕਿ ਸਾਹਮਣਾ ਵੱਡੀ ਟਰਾਲੀ ਹੈ ਅਤੇ ਆਪਣਾ ਸਾਹਮਣਾ ਤਗੜਾ ਟਰੈਕਟਰ ਹੈ, ਅਤੇ ਇਹਨਾਂ ਦੋਵਾਂ ਦਾ ਕਲਰ ਕੋਂਬੀਨੇਸ਼ਨ ਬਣਾਉਂਦੇ ਹਾਂ ਆਪਾਂ, ਠੀਕ ਆ। ਕਿਹੜਾ ਇਹਨੂੰ ਹਾਫ ਪੇਂਟ ਕਰਦੇ ਹਾਂ ਇੱਦਾਂ, ਇਸ ਤੋਂ ਅੱਗੇ ਫਰੰਟ 'ਤੇ ਯੈਲੋ, ਉਸ ਤੋਂ ਪਿੱਛੇ ਦੂਜਾ ਖੱਟਾ ਜਿਹਾ, ਉਹ ਖੱਟਾ ਕਹਿੰਦਾ ਔਰੇਂਜ, ਠੀਕ ਹੈ। ਯੈਲੋ ਅਤੇ ਔਰੇਂਜ ਦਾ ਕੋਂਬੀਨੇਸ਼ਨ ਬਣਾ ਕੇ ਇਹਨੂੰ ਪੇਂਟ ਕਰਦੇ ਹਾਂ। ਹੁਣ ਇਹ ਦੇਖਣਾ ਪੈਣਾ ਕਿ ਆਪਣੇ ਕੋਲ ਪੇਂਟ ਹੈਗਾ ਵੀ ਹੈ ਕਿ ਨਹੀਂ ਗਾ। ਔਰੇਂਜ ਹੈਗਾ ਆਪਣੇ ਕੋਲ, ਯੈਲੋ ਹੈ ਨਹੀਂ ਗਾ, ਔਰੇਂਜ ਹੈਗਾ, ਅਤੇ ਕੀ ਕੀਤਾ ਜਾਵੇ ਹੁਣ ਦੱਸੋ ਫਿਰ। ਹਾਫ ਕਰ ਦਈਏ, ਇਕੱਲੀ ਇੱਕ ਵਾਰੀ ਔਰੇਂਜ ਕਰ ਦੇਣਾ, ਕਿਉਂਕਿ ਪੇਂਟ ਵੈਸੇ ਵੀ ਦੋ ਪਾਰਟਸ 'ਚ ਆਪਾਂ ਨੂੰ ਕਰਨਾ ਪੈਣਾ, ਵੀ ਪਹਿਲਾਂ ਇੱਕ ਪੇਂਟ ਕਰਕੇ ਇੱਕ ਲੇਅਰ ਉਹਨੂੰ ਸੁੱਕਣ ਦਾਂਗੇ, ਉਸ ਤੋਂ ਬਾਅਦ ਫਿਰ ਦੂਜੀ ਲੇਅਰ ਹੋਣੀ ਹੈ। ਅਤੇ ਔਰੇਂਜ ਪੇਂਟ ਪਿਆ ਆਪਣੇ ਕੋਲ, ਔਰੇਂਜ ਇਹਨੂੰ ਕਰ ਦਿੰਦੇ ਹਾਂ, ਯੈਲੋ ਫਿਰ ਸਵੇਰੇ ਆ, ਪਹਿਲਾਂ ਮੈਂ ਜਾਣਾ ਨਾਲੇ ਪਾਰਸਲ ਆਇਆ ਹੋਇਆ, ਅਤੇ ਯੈਲੋ ਫਿਰ ਸਵੇਰੇ ਲੈਵਾਂਗੇ ਅਤੇ ਸਵੇਰੇ ਕਰ ਦਾਂਗੇ ਇਹਨੂੰ, ਠੀਕ ਆ। ਲਓ ਵੀ ਮੁੰਡਿਓ, ਇੱਥੇ ਟਰਾਲੀ ਨੂੰ ਮੈਂ ਹਾਫ ਪੇਂਟ ਮਾਰਤਾ, ਆ ਦੇਖੋ ਇੱਦਾਂ ਔਰੇਂਜ, ਅਤੇ ਹਾਫ ਜਿਹੜੀ ਆ ਉਹ ਆਪਾਂ ਯੈਲੋ ਕਰ ਦਾਂਗੇ ਸਵੇਰੇ, ਸਵੇਰੇ ਪੇਂਟ ਲੈ ਕੇ ਆਉਂਦੇ ਹਾਂ ਯੈਲੋ।
ਜਿੱਥੋਂ ਤਾਂ ਮੇਰਾ ਆਈਡੀਆ ਸੋਹਣੀ ਲੱਗੂਗੀ ਟਰੈਕਟਰ ਪਿੱਛੇ ਪਾਈ, ਬਾਕੀ ਦੇਖ ਲਵਾਂਗੇ ਜੇ ਨਾ ਲੱਗੀ ਤਾਂ ਇਹਦੇ ਉੱਤੇ ਹੀ ਹੋਰ ਵੀ ਪੇਂਟ ਮਾਰ ਦਾਂਗੇ ਜੇ ਕਰਨਾ ਹੋਇਆ ਤਾਂ, ਠੀਕ ਆ। ਅਤੇ ਉਸ ਦੇ ਨਾਲ ਇੱਧਰ ਇੰਜਣ ਵੀ ਮੈਂ ਪ੍ਰਿੰਟ ਕਰਨਾ ਲਾਤਾ ਸੀਗਾ। ਟਾਈਮ ਇੱਥੇ ਵੇਖ ਲਓ 2 ਘੰਟੇ ਹੋਣ ਵਾਲੇ ਨੇ ਪ੍ਰਿੰਟ ਹੁੰਦਿਆਂ ਨੂੰ, ਅਤੇ ਟੋਟਲ 6.5 ਘੰਟੇ ਲੱਗਣਗੇ ਇਹਨੂੰ ਪ੍ਰਿੰਟ ਹੋਣ 'ਚ। ਬਸ ਫਿਰ ਅੱਜ ਦਾ ਵਲੋਗ ਆਪਣਾ ਇੱਥੋਂ ਤੱਕ ਹੀ ਹੈ, ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਵੈਸੇ ਅੱਜ ਸਵਰਾਜ 'ਤੇ ਕੋਈ ਕੰਮ ਹੋਇਆ ਤਾਂ ਨਹੀਂ, ਬਾਕੀ ਚਲੋ ਕੋਈ ਚੱਕਰ ਨਹੀਂ ਗਾ, ਅੱਗੇ ਹੌਲੀ ਹੌਲੀ ਕਰ ਲਵਾਂਗੇ। ਅਤੇ ਬਾਕੀ ਆਪਾਂ ਬਾਹਰ ਸੈਟਅਪ 'ਤੇ ਵੀ ਕੰਮ ਸ਼ੁਰੂ ਕਰਤਾ, ਅਤੇ ਦੇਖਦੇ ਹਾਂ ਸਵੇਰੇ ਸ਼ੂਟ ਕਰਨ ਦਾ ਪਲੈਨ ਸੀ ਵੀਡੀਓ, ਅਤੇ ਟਰਾਲੀ ਦੀ ਕੰਡੀਸ਼ਨ ਇੱਦਾਂ ਦੀ ਹੈ, ਵੀਡੀਓ ਸ਼ੂਟ ਕਰਨ ਦੀ ਕੰਡੀਸ਼ਨ 'ਚ ਹੈ ਨਹੀਂ ਟਰਾਲੀ। ਬਾਕੀ ਚਲੋ ਦੇਖਦੇ ਹਾਂ, ਸਵੇਰ ਦਾ ਸਵੇਰੇ ਪਤਾ ਲੱਗੂਗਾ ਅਸਲ 'ਚ ਤਾਂ।